ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੇ ਮੰਝ ਮੁਹੱਬਤ ਤੇਰੀ ਮੰਝ ਮੁਹੱਬਤ ਤੇਰੀ ਤੋ ਸ਼ਹ ਚਰਨੀ ਨਾਨਕ ਤੁਲਹਾ ਬੇੜੀ ਤੋ ਸ਼ਹਿ ਚਰਨੀ ਮੈਂਡਾ ਈੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ
ਨਾਨਕ ਗੁਣ ਗਾਵੇ ਰਾਗੋ ਸਰਮ ਅਸਾੜੀ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਮ ਅਸੜੀ ਜੀਓ ਠਾਕੁਰ ਜਾ ਸਿਮਰਾ ਤੂੰ ਤਾਂ ਹੀ ਤੂੰ
ਸਾਸ ਸਾਸ ਤੇਰਾ ਨਾਮ ਸਮਾਰੋ ਤੂੰ ਦਾਤਾ ਕਿਰਪਾ ਕਰੋ ਜੀ ਬਸ ਹੋ ਮੇਰੇ ਮਨ ਮਾਹੀ ਬਸ ਚਰਨ ਕਮਲ ਚਰਨ ਕਮਲ ਰਿਦ ਮਾਹੇ ਸਮਾਏ ਚਰਨ ਕਮਲ ਮਾਹੇ ਸਮਾਏ ਤੈਹ ਪਰਮ ਅਧੇਰਾ ਨਾਹੀ ਤੈਹ ਪਰਮ ਤੈਹ ਪਰਮ ਸਾਸ ਸਾਸ ਤੇਰਾ ਨਾਮ ਸਮਾਰੋ ਸਾਸ 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 ਤੇਰਾ ਨਾਮ ਸਮਾਰੋ
ਨਾਨਕ ਟੇਕ ਭਈ ਕਰਤੇ ਕੀ ਨਾਨਕ ਟੇਕ ਨਾਨਕ ਟੇਕ ਭਈ ਸਮਾਏ
ਸਵਾਰੀ ਸਤਸੰਗ ਜੀਓ, ਆਪ ਸਮੂਹ ਸੰਗਤ ਵਡਭਾਗੇ ਹੋ ਜੋ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਅਤੇ ਤੁਹਾਨੂੰ ਆਪਣੀ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਇਹ ਉਦਮ ਬਖਸ਼ਿਸ਼ ਕੀਤਾ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰੂ ਜੀ ਦਾ ਬਾਣੀ ਦਾ ਹਰਜਾ ਸ਼੍ਰਵਣ ਕਰਕੇ ਆਪਣੇ ਜੀਵਨ ਦੇ ਜਿਉਂ ਜੋ ਇਹ ਘੜੀਆਂ ਨੇ ਇਹਨਾਂ ਨੂੰ ਸਫਲਿਆਂ ਕਰਨ ਦਾ ਯਤਨ ਕਰ ਸਕੀਏ। ਬੜਾ ਹੀ ਮਹਾਨ ਅਤੇ ਪਵਿੱਤਰ ਸਥਾਨ ਹੈ, ਮਹਾਂਪੁਰਸ਼ਾਂ ਦਾ ਸਥਾਨ, ਆਪ ਸਾਰੇ ਭਲੀ ਭਾਂਤ ਜਾਣਦੇ ਹੋ। ਆਓ ਆਪਾਂ ਸਾਰੇ ਰਲ ਕੇ ਜਿੱਥੇ ਆਪ ਜੀ ਨੇ ਸ਼੍ਰਵਣਾ ਕਰਕੇ ਹਾਜ਼ਰੀ ਲਗਵਾਉਣੀ, ਨਾਲ ਰਸਨਾ ਨੂੰ ਜ਼ਰੂਰ ਪਵਿੱਤਰ ਕਰਨਾ ਹੈ। ਰਲ ਮਿਲ ਕੇ ਗੁਰੂ ਦਾ ਜਸ ਗਾਇਨ ਕਰੀਏ, ਸੁਣੀਏ, ਤਾਂ ਜੋ ਸਾਡਾ ਇਹ ਸਮਾਂ ਹੈ ਸਫਲ ਹੋ ਸਕੇ। ਆਓ ਸਾਰੇ ਰਲ ਕੇ ਆਪਾਂ ਹਾਜ਼ਰੀ ਲਗਵਾਈਏ। ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਰਸਨਾ ਨੂੰ ਜ਼ਰੂਰ ਪਵਿੱਤਰ ਕਰਨਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸੋਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ। ਸੋ ਇਹ ਰਸਨਾ ਗੁਰੂ ਦੀ ਬਾਣੀ ਨੂੰ ਗਾਏਗੀ, ਗੁਰੂ ਦੀ ਨਾ ਗੁਰੂ ਦਾ ਨਾਮ ਉਚਰੇਗੀ ਅਤੇ ਇਹ ਪਵਿੱਤਰ ਹੋਏਗੀ। ਸਤਿਗੁਰੂ ਜੀ ਦਾ ਬਚਨ ਹੈ। ਸੋ ਆਓ ਸਾਰੇ ਆਪਾਂ ਯਤਨ ਕਰੀਏ ਜੀ, ਗੁਰੂ ਦਾ ਜਸ ਸੁਣੀਏ, ਗਾਈਏ ਅਤੇ ਆਪਣੇ ਜੀਵਨ ਦੀਆਂ ਜੋ ਇਹ ਘੜੀਆਂ ਨੇ ਉਹਨਾਂ ਨੂੰ ਸਫਲ ਕਰਨ ਦਾ ਯਤਨ ਕਰੀਏ ਜੀ।